आकाशवाणी ਖਬਰਾਂ ਨਿਰਮਲ ਵਿਕਰਮ ਕੋਲਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਹੋਰ ਅੱਜ ਕੋਲੰਬੋ ਚ ਭਾਰਤੀ ਮੂਲ ਦੇ ਤਮਿਲੇ ਦੀ ਉਥੇ ਆਉਣੇ ਦੀ 200ਵੀਂ ਬਰੇਗੰਡ ਦੇ ਸਿਲਸਿਲੇ ਚ ਇੱਕ ਕਾਰਜਕ੍ਰਮ ਚ ਹਿੱਸਾ ਲੈਣਗੇ ਮੱਧ ਪ੍ਰਦੇਸ਼ ਚ ਇੱਕ ਗੇਟ ਚ ਤੇ ਛੱਤੀਸਗੜ੍ਹ ਚ ਦੂਏ ਗੇਟ ਚ ਮਤਦਾਨ ਆਸਤੈ ਨਾ ਵਾਪਸ ਲੈਣੇ ਦੀ ਅੱਜ ਖੀਰੀ ਤਰੀਕ ਹੈ ਮਾਲੀ ਨਿਯਮ ਕਾਇਦੇ ਕੀ ਲਾਗੂ ਕਰਨ ਵਾਲਾ ਨਿਦੇਸ਼ਾਲੇ ਈਡੀ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੁੰਦੇ ਕੰਨ ਉਤਪਾਦ ਸ਼ੁਲਕ ਨੀਤੀ ਕੋਟਾਲੇ ਦੇ سلسلے ਚ ਪੁੱਛ ਗਿੱਛ ਕਰੋ ਟੀਐਮਸੀ ਦੀ ਸੰਸਦ ਮਹੂਆ ਮੋਹਿਤਰਾ ਅੱਜ ਲੋਕ ਸਭਾ ਦੀ ਐਥਿਕਸ ਕਮੇਟੀ ਦੇ ਅੱਗੇ ਕੈਸ਼ ਫਾਰ ਕੁਐਰੀ ਮਾਮਲੇ ਚ ਪੇਸ਼ ਹੋਣਗੇ ਦੇ ਰਾਸ਼ਟਰੀ ਖੇਡ ਦੇ ਚੁੰਜਾ ਸੁਨਨੇ ਦੇ ਤਗਮੇ ਕੰਨ 133 ਤਗਮੇ ਕੰਨ ਮਹਾਰਾਸ਼ਟਰ ਪਹਿਲੀ ਥਰਾ ਉਪਰ ਬਰਕਰਾਰ ਹੈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਹੋਰ ਅਜ ਕੋਲੰਬ ਵਿਚ 파rti مول ਦੇ तमिलंदे శ్రీలంక ਆਉਣ ਦੀ ਦੂਈ ਸਦੀ ਦੇ ਸਮ੍ਰਿਤੀ ਸਮਾਰੋਹ ਇਸ ਲੰਗਨ ઓਪਰਤ శ్రీలంక ਵਪਾਰ ਸ਼ਿਖਰ ਸੰਮੇਲਨ ਕੀ ਸੰਬੋਧਿਤ ਵੀ ਕਰਗਣ ਸੰਮੇਲਨ ਦਾ ਵਿਸ਼ੇ ਹੈ ਸੰਪਰਕ ਵਿਰਧੀ ਸਮਰiddhi ਆਸਤਾ ਹੈ ਭਾਗੀਦਾਰੀ ਇਹਦਾ ਮਕਸਦ ਉਹਨੇ ਦੇਸ਼ ਵਿੱਚਕਾਰ ਆਰਥਿਕ ਸਹਿਯੋਗ ਤੇ ਵਪਾਰ ਦੀ ਬੜਾਵਾ ਦੇਣਾ ਹੈ ਖਜ਼ਾਨਾ ਮੰਤਰੀ ਭਾਰਤ-ਸ਼੍ਰੀਲੰਕਾ ਵਿਚਕਾਰ ਰਾਜਨੀਤਿਕ ਸਰਬੰਧਾਂ ਦੇ ਰਣਨੀਤਿਕ ਮਤਵ ਕੀ ਵੀ ਮਜ਼ਬੂਤ ਕਰਨ ਦੇ ਮਕਸਦ ਕਰਨਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੁੰਦੇ ਕੰਨੇ ਵੀ ਵਿਚਾਰ ਬਟਾਂਦਰਾ ਕਰਨਗਣ। ਸ਼੍ਰੀਲੰਕਾ ਚ ਧਾਰਮਿਕ ਥਾਰੇ ਦੇ ਸੌਰ ਬਿਜਲੀਕਰਨ ਆਸਥਾਏ ਸਮਝੌਤਾ ਗਿਆਨ ਉਪਰ ਦਸਤਖਤੋਂਗਣ। ਇਹ ਪ੍ਰੋਜੈਕਟ 'ਤੇ ਭਾਰਤ ਦੇ 82 ਕਰੋੜ 40 ਲੱਖ ਰੁਪਏ ਦੇ ਸਹਿਯੋਗ ਕੰਨਾ ਸ਼ੁਰੂ ਕੀਤੀ ਜਾਗ। ਉਹ ਜਾਫਨਾ ਤੇ ਤ੍ਰਿਕੋ ਮਾਲੀ ਚਪਾਰਤੀ ਸਹਿਯੋਗ ਸਟੇਟ ਬੈਂਕ ਦੀ ਦੋ ਨਵੀਂ ਸ਼ਾਖਾਾਂ ਦਾ ਵੀ ਉਦਘਾਟਨ ਕਰਨਗਣ ਸ਼੍ਰੀਮਤੀ ਸੀਤਾਰਾ ਮਨੋਰਤ ਰੌ ਦਿਨੇ ਦੀ শ্রীলੰਕਾ ਯਾਤਰਾ ਪਰ ਕਲ ਕੋਲੰਬੋ ਪੁਜੀ ਆਈਆਂ ਉਹਨੇ ਦੋ ਬੋਧ ਮੰਦਰੇ ਦੇ ਪ੍ਰਮੁੱਖ ਧਰਮ ਗੁਰੂਆਂ ਕੰਨ ਪੇਂਟ ਕੀਤੀ ਤੇ ਆਖਿਆ ਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ শ্রীলੰਕਾ ਯਾਤਰਾ ਕਰਨੇ ਦੋਨੇ ਦੇਸ਼ੇ ਵਿਚਕਾਰ ਮਜ਼ਬੂਤ ਅ ਸਰਬੰਦੰਗੀ ਬਲ ਤੋ ਹੈ ਦੋਨੇ ਤਰਮ ਗੁਰੂਏ ਪਿਛਲੇ ਬੜਾ ਆਰਥਿਕ ਸੰਕਟ ਦੌਰਾਨ 파ਰ ਤਮਾ শ্রীলੰਕਾ ਕੀ ਬੇਲੇ ਸਿਰ ਮਿਲੀ ਦੀ ਸਹਾਇਤਾ ਹਸਤ ਹੈ ਆਭਾਰ ਪ੍ਰਕਟ ਕੀਤਾ ਖਜ਼ਾਨਾ ਮੰਤਰੀ ਹੋਰੇ ਅਨੁਰਾਧਾਪੁਰਾ ਚ ਜੈ ਸ਼੍ਰੀ ਮਹਾਬੋਧੀ ਬ੍ਰਕਸ਼ ਦੇਵੀ ਦਰਸ਼ਨ ਕੀਤੇ ਜਿਸੀ 2000 ਸਾਲ ਪਹਿਲਾਂ ਸਮਰਾਟ ਅਸ਼ੋਕ ਦੀ ਤੀ ਸੰਘ ਮਿਤਰਾ ਨੇ শ্রীলੰਕਾ ਚ ਇਸ ਥਾਰ ਲਾਇਆ ਹਾ मध्यप्रदेश विधानसभा चुनाव ਲਈ नामांकन वापस ਲੈਣੇ ਰਾਜ ਖੇਰੀ ਤਿਆੜਾ ਹੈ नामांकन ਪੱਤਰੇ ਦੀ ਜਾਂਚ ਦੇ ਬਾਅਦ ਅਜੇ ਥੋੜੀ 230 ਸੀਟਾਂ ਲਈ 2916 ਨਾਮੰਕਨ ਠੀਕ ਪਾਏ ਗਏ ਨੇ ਤੇ ਅੱਜ ਸੰਝਾ ਥੋੜੀ ਮੇਦਵਾਰੀ ਦੇ ਨਾਮ ਵਾਪਸ ਲੈਣੇ ਲਈ ਪਤਾ ਲੱਗਾ ਜੇ ਕਿੰਨੇ ਮੇਦਵਾਰ ਚੋਣ ਮਦਾਨ ਚ ਬਚੇ ਨੇ मध्यप्रदेश से इस महीने दी 17 तारीख की मतदाताओं ने चुनाव प्रचार जोर शोर से करना जारी है छत्तीसगढ़ दी विधानसभा ਲਈ ਵੀ ਦੂਏ ਗੇਟ ਦੇ ਚੁਣਾ ਲਈ ਨਾ ਵਾਪਸ ਲੈਣ ਦੀ ਅੱਜ ਖੇਰੀ ਤਰੀਕ ਹੈ ਜਿਸ ਲਈ ਕਿ ਪਹਿਲੇ ਗੇਟ ਦੇ ਚੁਣਾ ਪ੍ਰਚਾਰ ਲਈ 4 ਦਿਨ ਬਾਕੀ ਰਹੀਏ ਦਿਨ ਪਹਿਲੇ ਗੇਟ ਦਾ મતદાન 7 ਨਵੰਬਰ ਕੀ ਹੋਣਾ ਹੈ ਜਿਹਦੇ ਤਹਿਤ 20 ਵਿਧਾਨ ਸਭਾ ਖੇਤਰਾਂ ਲਈ ਵੋਟ ਪੁਆਏ ਜਾਣਗਣ ਉਥੇ ਵੀ ਚੁਣਾ ਪ੍ਰਚਾਰ ਜੋਰੇ-ਸ਼ੋਰੇ ਕਰਨਾ جاری ਹੈ ਮਾਲੀ ਨਿਯਮੇ ਕਾਇਦੰਗੀ ਲਾਗੂ ਕਰਨੇ ਸਰਬੰਦੀ ਪਰਵਰਤਨ ਨਿਦੇਸ਼ਾਲੇ ਈਡੀ ਆਪਕਾਰੀ ਨੀਤੀ ਕਨਨ ਜੁੜੇਦੇ ਪੈਸੇ ਦੇ ਲੈਣ ਦੇਣ ਨਾਲੇ ਮਾਮਲੇ 'ਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੰਦੇ ਕੋਲ ਪੁੱਛਿਚਿਕਾਰੋ ਕੇਜਰੀਵਾਲ ਹੋ ਰਹੀ ਦਿੱਲੀ ਸ਼ਰਾਬ ਕੋਟਾ ਲੈ ਦੇ ਦੇ ਸਿਲਸਿਲੇ 'ਚ ਪੈਸੇ ਦੇ ਗੈਰ ਕਾਨੂੰਨੀ ਲੈਣ ਦੇਣ ਉਪਰ ਰੋਕ-थाम ਸਰਬੰਦੀ ਕਾਨੂੰਨ ਤਹਿਤ ਸਮਨ ਜਾਰੀ ਕੀਤਾ ਗਿਆ ਹੈ ਜਾਂਚ ਏਜੰਸੀ ਇਸ ਮਾਮਲੇ 'ਚ ਮੁੱਖ ਮੰਤਰੀ ਹੰਦਾ ਬਿਆਨ ਦਰਜ ਕਰੋ ਕੇਂਦਰੀ ਕੌਸ਼ਲ ਵਿਕਾਸ ਉਦਮਤਾ ਇਲੈਕਟ੍ਰੋਨਿਕਸ ਤੇ ਸੂਚਨਾ ਪ੍ਰਾਦਿਯੋਗਿਕੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਹੋ ਰਹੇ ਕੱਲ ਬ੍ਰਿਟੇਨ ਦੇ ਬਕਿੰਗਮ ਸ਼ਾਇਰ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਰੱਖਿਆ ਸ਼ਿਖਰ ਸੰਮੇਲਨ 2023 ਦੇ ਉਦਘਾਟਨ ਥਮਾ ਪਹਿਲੇ ਸੱਤਰ ਗੀ ਸੰਬੋਧਿਤ ਕੀਤਾ ਉਨੇ ਆਖਿਆ ਜੇ ਭਾਰਤ AI ਕੰਨ ਸਰਬੰਧਿਤ ਸੁਰੱਖਿਆ ਵਿਸ਼ਵਾਸ ਤੇ ਜਵਾਬਦੇਹੀ ਉੱਪਰ ਖਾਸ ਧਿਆਨ ਦੇ ਅਰਦਾ ਉਨੇ ਆਖਿਆ ਜੇ ਇਸਾਸਤ ਹੈ ਅੰਤਰਰਾਸ਼ਟਰੀ ਸਹਿਯੋਗ ਬੜਾ ਮਤਵ ਵਾਲਾ ਹੈ ਇਹ ਖਬਰਾਂ ਤੁਸ ਆਕਾਸ਼ ਵਨਿਥਮਾ ਸੁਨਰਦੇਓ तृणमूल कांग्रेस दी सांसद महावा मोइत्रा कथितोरा पर पहल लेगी है सवाल पूछने वाले एक मामले ਦੇ سلسلے ਚ ਅੱਜ ਲੋਕ ਸਭਾ ਅਚਾਰ ਸਮਿਤੀ ਦੇ ਸਾਹਮਣੇ ਪੇਸ਼ ਹੋਗਣ ਸੂਤਰਾਂ ਦੱਸਿਆ ਜੇ ਅਚਾਰ ਸਮਿਤੀ ਗਈ ਤਰ੍ਹਾਂ ਕੇਂਦਰੀ ਮੰਤਰੀਏ ਤੇ ਉਹਨੇ ਸਰਬੰਧਿਤ ਲੋਕਾਂ ਦੇ ਇਲਾਵਾ ਗਵਾਹਾਂ ਕੋਲ ਆਸਲ ਜਾਣਕਾਰੀ ਦੇ ਬਿਨਾ ਪਰ ਪੁੱਛਗਿੱਛ ਕੀਤੀ ਜਾਗ ਗੋਆ ਚ ਸੈਂਟੀਮੇ ਰਾਸ਼ਟਰੀ ਖੇਡਾਂ ਚ ਬਖ ਬਖ ਖੇਡਾਂ ਦੇ ਮੁਕਾਬਲੇ ਜਾਰੀ ਨੇ ਜਿੰਦੇ ਚ ਆਕੀ ਲੌਨ ਟੈਨਿਸ ਫੁੱਟਬਾਲ ਤਾਈਕਵਾਂਡੋ ਐਥਲੈਟਿਕਸ ਕੁਸ਼ਤੀ ਵਗੈਰਾ ਸ਼ਾਮਲ ਕੱਲ ਸਮੁੰਦਰ ਦੇ ਕੰਡਾ ਖੇਡੇ ਜਾਣ ਵਾਲੇ ਫੁੱਟਬਾਲ ਮੁਕਾਬਲੇ 'ਚ ਕੇਰਲ ਨੇ ਮੇਜ਼ਬਾਨ ਗੋਆ 'gi ਰਾਈ ਦਿੱਤਾ ਮਹਿਲਾਇਂ ਦੀ ਲੰਮੀ ਛਾਲ ਮੁਕਾਬਲੇ 'ਚ ਕੇਰਲ ਦੀ ਆਂਸੀ ਸੋਜਨ ਨੇ ਸੁੰਨੇ ਦਾ ਤਗਮਾ ਜਿੱਤਿਆ ਮਹਿਲਾਇਂ ਦੀ ਜੈਵਲਿਨ ਥਰੋ 'ਚ ਹਰਿਆਣਾ ਦੀ ਸ਼ਿਲਪਾਰਾਣੀ ਨੇ ਸੁੰਨੇ ਦਾ ਤਗਮਾ ਹਸਲ ਕੀਤਾ 50 ਮੀਟਰ ਫ੍ਰੀ ਸਟਾਈਲ ਤੈਰੀ ਦੇ ਮੁਕਾਬਲੇ 'ਚ ਵਿਰਧਾਵਾਲ ਖਾਰਨੇ ਆਪਣਾ ਗਾ ਪਿਛਲਾ ਰਿਕਾਰਡ ਤੋੜਦਿ ਹੋਈ ਸੁੰਨੇ ਦਾ ਤਗਮਾ ਅਸਲ ਕੀਤਾ ਸੁੰਨੇ ਦੇ 55 ਮੈਡਲ ਜਿ ਸਨੇ ਕੁੱਲ 133 ਤਗਮੇ ਕਮਾਹ ਮਹਾਰਾਸ਼ਟਰ ਤਾਲਿਕਾ 'ਚ ਅੱਬਲ ਨੰਬਰ 'ਤੇ ਆਈਸੀਸੀ ਵਿਸ਼ਵ ਕਪ ਕ੍ਰਿਕਟ 'ਚ ਅੱਜ ਮੁੰਬਈ ਦੇ ਬਾਣਖੇੜੇ ਸਟੇਡੀਅਮ 'ਚ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਮੁਕਾਬਲਾ ਹੋਗ ਇਹ ਮੈਚ ਦੁਪਹਿਰੀ 2 ਵਜੇ ਸ਼ੁਰੂ ਹੋਗ ਪਾਰਤ ਅਜੇ ਤੋੜੀ ਆਪਣੇ ਸੱਭੇ ਮੈਚ ਜਿੱਤੀ ਹੈ 12 ਅੰਕੇ ਕੰਨ ਹੈ ਅੰਕ ਤਾਲਿਕਾ ਚ ਦੂਵੇ ਨੰਬਰ ਉਪਰ ਹੈ ਜਿਸ ਲੈ ਕੇ ਸ਼੍ਰੀਲੰਕਾ ਨੇ ਛੜੇ ਦੋਗੇ ਮੈਚ ਜਿੱਤੇ ਦਿਨ ਤੇ ਚਾਰ ਅੰਕੇ ਕੰਨ ਹੈ ਉਹ ਅੰਕ ਤਾਲਿਕਾ ਚ ਸਤਵੇਂ ਥਾਰਾ ਪਰ ਹੈ ਤੁਆਈ ਕੱਲ ਪੂਨੇ ਚ ਖੇਡੇਗੇ ਦੇ ਲੀਗ ਮੈਚ ਚ ਦੱਖਣ ਅਫਰੀਕਾ ਨੇ ਨਿਊਜ਼ੀਲੈਂਡ ਕੀ 190 ਰਨ ਕੰਨ ਅਰਾਇਆ ਇਸ ਜਿੱਤ ਦੇ ਕੰਨ ਗਿਆ ਉਹ ਅੰਕ ਤਾਲਿਕਾ ਚ ਪਹਿਲੇ ਨੰਬਰ ਉਪਰ ਪੁੱਜੀ ਗਿਆ ਹੈ ਪੰਜਾਬ ਚ ਪਿਛਲੇ ਬਰੇ ਦੇ ਮੁਕਾਬਲੇ ਇਸ ਬਰੇ ਖੇਤਰੀ ਚ ਪਰਾਲੀ ਫੂਕਨੇ ਦੀਆਂ ਕਟਨਾਇਂ ਚ ਕਮੀ ਆਈ ਹੈ ਕੇਂਦਰੀ ਪਰਿਆਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪਰਾਲੀ ਫੂਕਨੇ ਦੇ ਬਜਾਏ ਔਰਨੇ ਤਰੀਕੇ ਕਰਨੇ ਸਿਖਾਉਣੇ ਤੇ ਇਸਤੇਮਾਲ ਕਰਨੇ ਦੀ ਕਾਰਜ ਯੋਜਨਾ ਚ ਰਾਜੇ ਕੀ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਹੈ ਬਿਹਾਰ ਚ ਸਰਯੂ ਨਦੀ ਚ ਇੱਕ ਕਿਸ਼ਤੀ ਪਲਟੋਨੇ ਦੀ ਘਟਨਾ ਚ ਘਟੋ-ਘਟ ਦਉ ਚ ਨਦੀ ਮੌਤ ਹੋਈ ਹੈ ਤੇ ਸੱਤ ਲਾਪਤਨ ਇਹ ਆਦਸਾ ਕੱਲ ਸ਼ਾਮੀ ਕੋਈ 6 ਵਜੇ ਪੇਸ਼ ਆਇਆ ਜਿਸ ਲੈ ਸਾਰਨ ਜ਼ਿਲ੍ਹੇ ਦੇ ਮਾਂਜੀ ਪੁਲ ਸਥਾਨੇ ਠਪੋਂਦੇ ਇਲਾਕੇ ਚ 19 ਯਾਤਰੀਆਂ ਕੀ ਲਈਏ ਜਾੜਦੀ ਇੱਕ ਕਿਸ਼ਤੀ ਨਦੀ ਚ ਡੁੱਬੀ ਗਈ ਜ਼ਿਆਦਾਤਰ ਇਹ ਲੋਕ ਮਜ਼ਦੂਰ ਹੈ ਜਿਹੜੇ ਧਿਆੜੀ ਲਈਏ ਆਪਣੇ ਗ੍ਰਾਮ ਪਰ ਤੁਰਦੇ ਹੈ ਬਿਹਾਰ ਰਾਜ ਦੇ ਆਪਦਾ ਪ੍ਰਬੰਧਨ ਮਹਿਕਮੇ ਨੇ ਜਾਣਕਾਰੀ ਦਿੱਤੀ ਹੈ ਜੇ 10 ਲੋਕ ਤਾਰੀ ਮਾਰੀ ਹੈ ਦਰਿਆ ਦੇ ਕੰਢੇ ਪੁੱਜਣੇ ਚ ਕਾਮਯਾਬ ਰਹੇ ਸਾਰਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਜੇ ਰਾਹਤ ਬਲ ਤੇ ਰਾਜ ਆਪਦਾ ਮੋਚਨ ਬਲ ਦੇ ਕਰਮੀ ਲਾਪਤਾ ਲੋਕਾਂ ਦਾ ਪਤਾ ਲਾਣੇ ਲਈ ਉਪਰੋਤਲੀ ਯਤਨ ਕਰਾਰ ਦੇਣ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰੇ ਕੱਲ ਪੁਰਤਗਾਲ ਚ ਰਵ੍ਹਾ ਕਰਦੇ ਭਾਰਤੀ ਸਮੁਦਾਏ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਉੱਥੋਂ ਦੇ ਵਿਦੇਸ਼ ਮੰਤਰੀ ਜੋਆਓ ਕਰਾਵਿਨ ਔਰ ਹੋ ਔਰ ਵੀ ਹੁੰਦੇ ਕਨਾਹੇ ਜੈ ਸ਼ੰਕਰ ਹੋਰੇ ਨੇ ਇਸ ਮੌਕੇ ਭਾਰਤ ਯੂਰੋਪੀਅਨ ਸੰਘ ਦੇ ਰਿਸ਼ਤੇ ਗੀ ਨਿੱਗਰ ਬਣਾਉਣੇ ਚ ਪੁਰਤਗਾਲ ਦੀ ਭੂਮਿਕਾ ਦੀ ਸਰਾਹਨਾ ਕੀਤੀ ਉਹਨੇ ਆਖਿਆ ਜੇ ਪੋਤੋ 2021 ਸ਼ਿਖਰ ਸੰਮੇਲਨ ਇੱਕ ਮੱਤਪੂਰਨ ਉਪਲਬਧੀ ਰਹੀ ਹੈ ਉਨੇ ਆਖਿਆ ਜੇ ਮੌਜੂਦਾ ਸਮੇਂ ਚ ਕਾਰਜ ਸਥਲ ਦੇ ਵਿਸ਼ਵਿਕ ਸਰੂਪ ਲੈਣੇ ਦੇ ਕਾਰਨ ਦੋਨੇ ਮੁਲਕੇ ਬਿਸ਼ਕਾਰ ਸਰਬੰਦੇ ਚ ਹੋਰ ਮਜ਼ਬੂਤੀ ਆਈ ਹੈ। ਉਨੇ ਦੋਨੇ ਮੁਲਕੇ ਬਿਸ਼ਕਾਰ ਸਿੱਧੇ ਬਾਈ ਸੰਪਰਕ ਉਪਰ ਜ਼ੋਰ ਦਿੱਤਾ ਤੇ ਆਖਿਆ ਜੇ ਭਾਰਤ ਚ ਹੋਆ ਕਰਦੇ ਵਿਸ਼ੇਸ਼ ਬਦਲਾਅਵਾਂ ਦੇ ਕਾਰਨ ਦੋਨੇ ਬਿਸ਼ਕਾਰ ਸਹਿਯੋਗ ਤੇ ਕੰਮਕਾਜ ਦੇ ਨਵੇਂ-ਨਵੇਂ ਮੌਕੇ ਪੈਦਾ ਹੋਆ ਕਰਦੇਨ। ਖੀਰ ਚ ਖਾਸ-ਖਾਸ ਖਬਰਾਂ ਇੱਕ ਵਾਰੀ ਪੜਤੀ ਹੈ। ਪੰਜਾਬ ਮੰਤਰੀ ਨਿਰਮਲਾ ਸੀਤਾਰਮਨ ਉਹ ਅੱਜ ਕੋਲੰਬੋ ਚਪਾਟੀ ਮੂਲ ਦੇ ਤਾਮਿਲਿੰਦੀ ਉਥੇ ਆਉਣੇ ਦੀ 200ਵੀਂ ਬਰੇਗੰਡ ਦੇ ਸਿਲਸਿਲੇ 'ਚ ਇੱਕ ਕਾਰਕਰਮ 'ਚ ਇਸਾ ਲੰਗਣ ਮੱਧ ਪ੍ਰਦੇਸ਼ 'ਚ ਇੱਕ ਗੇਟ 'ਚ ਤੇ ਛੱਤੀਸਗੜ੍ਹ 'ਚ ਦੋਵੇਂ ਗੇਟ 'ਚ ਮਤਦਾਤਾ ਨਾਸਤੈ ਨਾ ਵਾਪਸ ਲੈਣੇ ਦੀ ਅੱਜ ਖੀਰੀ ਤਰੀਕ ਹੈ ਮਾਲੀ ਨਿਯਮ ਕਾਇਦੇਂਗੀ ਲਾਗੂ ਕਰਨੇ ਵਾਲਾ ਨਿਦੇਸ਼ਾਲੇ ਈਡੀ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੁੰਦੇ ਕੰਨ ਉਤਪਾਦ ਸ਼ੁਲਕ ਨੀਤੀ ਕੋਟਾ ਲੇਦੇ ਸਿਲਸਿਲੇ 'ਚ ਪੁੱਛਗਿੱਛ ਕਰੋ ਟੀਐਮਸੀ ਦੀ ਸੰਸਦ ਮਹੂਆ ਮੋਹਿਤਰਾ ਅੱਜ ਲੋਕ ਸਭਾ ਦੀ ਐਥਿਕਸ ਕਮੇਟੀ ਦੇ ਅੱਗੇ ਹੈ ਕੈਸ਼ਵਾਰ ਕੁਐਰੀ ਮਾਮਲੇ ਚ ਪੇਸ਼ ਹੋਗਣ ਤੇ ਰਾਸ਼ਟਰੀ ਖੇਡੇ ਚ 550 ਦੇ ਤੱਕ ਮੈਂ ਕੰਨਾ 133 ਤੱਕ ਮੈਂ ਕੰਨਾ ਮਹਾਰਾਸ਼ਟਰ ਪਹਿਲੀ ਥਰਾ ਉਪਰ ਵਰਕਰਾਰ ਹੈ ਇਹਦੇ ਕੰਨਾ ਗਏ ਖਬਰੇ ਦਾ ਇਹ ਬੁਲੇਟਿਨ ਖਤਮ ਹੋਇਆ